ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰੱਖੀਆਂ ਅਤੇ ਝਾਤ। ਕੱਲ੍ਹ ਨੂੰ ਅਕਾਲੀ ਦਲ ਦੀ ਤਕੜੀ ਵਿੱਚ ਤੁਲਣਗੇ ਜਗਮੀਤ ਸਿੰਘ ਬਰਾੜ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਾਸਤੇ ਨਵੀਂ ਮੁਸੀਬਤ ਖੜੀ ਕਰੇਗਾ ਬਰਗਾੜੀ ਮੋਰਚਾ। ਲੁਧਿਆਣਾ ਵਿੱਚ 1.5 ਕਿਲੋ ਹੈਰੋਇਨ ਸਮੇਤ 3 ਜਣੇ ਕਾਬੂ। ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਦਾਰਿਆਂ ਵਿੱਚ ਵਟਸਐਪ ਨੂੰ ਕੀਤਾ ਬੰਦ ਅਤੇ ਟਰੈਵਲ ਏਜੰਟ ਬਣ ਕੇ ਧੋਖਾਧੜੀ ਕਰਨ ਵਾਲਾ ਕਾਂਸਟੇਬਲ ਪੁਲਿਸ ਨੇ ਕੀਤਾ ਕਾਬੂ। ਅਤੇ ਹੁਣ ਖਬਰਾਂ ਦਾ ਵਿਸਥਾਰ। ਕਿਸੇ ਵੇਲੇ ਅਕਾਲੀ ਦਲ ਦੇ ਬੇਹੱਦ ਕੱਟੜ ਵਿਰੋਧੀ ਰਹੇ ਜਗਮੀਤ ਸਿੰਘ ਬਰਾੜ ਹੁਣ ਅਕਾਲੀ ਦਲ ਦੇ ਵਿੱਚ ਹੀ ਸ਼ਾਮਲ ਹੋਣ ਜਾ ਰਹੇ ਨੇ। 19 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਮੁਕਤਸਰ ਸਾਹਿਬ ਦੇ ਵਿੱਚ ਜਾ ਰਹੇ ਨੇ ਜਿੱਥੇ ਕਿ ਉਹਨਾਂ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਤੱਕੜੀ ਦੇ ਨਾਲ ਜੋੜਿਆ ਜਾਵੇਗਾ। ਇੱਥੇ ਵੀ ਦੱਸਣਾ ਬਣਦਾ ਕਿ 1999 ਦੇ ਵਿੱਚ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਦੇ ਵਿੱਚ ਹਰਾਇਆ ਸੀ ਅਤੇ ਉਸ ਲੋਕ ਸਭਾ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੂੰ ਆਵਾਜ਼ੇ ਪੰਜਾਬ ਕਿਹਾ ਜਾਣ ਲੱਗਾ ਸੀ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦੀਆਂ ਖਬਰਾਂ ਆ ਰਹੀਆਂ ਸਨ ਕਿ ਜਗਮੀਤ ਸਿੰਘ ਬਰਾੜ ਕਾਂਗਰਸ ਦੇ ਵਿੱਚ ਮੁੜ ਸ਼ਾਮਲ ਹੋਣਾ ਚਾਹੁੰਦੇ ਨੇ, ਪਰ ਪੰਜਾਬ ਦੀ ਇਕਾਈ ਦੇ ਵੱਲੋਂ ਉਹਨਾਂ ਦੇ ਰਾਹ ਦੇ ਵਿੱਚ ਕਈ ਤਰ੍ਹਾਂ ਦੀਆਂ ਅੜਚਣਾਂ ਲਾ ਦਿੱਤੀਆਂ ਗਈਆਂ। ਹਾਲਾਂਕਿ ਹਾਈਕਮਾਨ ਉਹਨਾਂ ਦੇ ਪੰਜਾਬ ਦੇ ਵਿੱਚ ਦਾਖਲੇ ਦੇ ਉੱਤੇ ਰਜ਼ਾਮੰਦ ਸੀ, ਇਸ ਕਰਕੇ ਚੌਂ ਪਾਸਿਓਂ ਕੋਈ ਹਾਂਦਰੂ ਹੁੰਗਾਰਾ ਨਾ ਮਿਲਦਾ ਹੋਣ ਕਰਕੇ ਜਗਮੀਤ ਸਿੰਘ ਬਰਾੜ ਹੁਣ ਅਕਾਲੀ ਦਲ ਦੇ ਵਿੱਚ ਹੀ ਸ਼ਾਮਲ ਹੋਣ ਲੱਗੇ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਲਈ ਇੱਕ ਵੱਡੀ ਮੁਸੀਬਤ ਫਿਰ ਆਉਣ ਵਾਲੀ ਹੈ। ਦਰਅਸਲ ਬਰਗਾੜੀ ਮੋਰਚਾ ਇੱਕ ਵਾਰ ਫਿਰ ਪਹਿਲਾਂ ਨਾਲੋਂ ਵੱਧ ਜੋਸ਼ੋ ਖਰੋਸ਼ ਦੇ ਨਾਲ ਲਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ। ਜਾਣਕਾਰੀ ਦੇ ਮੁਤਾਬਕ ਲੰਘੇ ਕੱਲ੍ਹ ਯਾਨੀ ਕਿ ਬੁੱਧਵਾਰ ਬਰਗਾੜੀ ਮੋਰਚੇ ਦੇ ਨਾਲ ਸੰਬੰਧਿਤ ਕਈ ਆਗੂਆਂ ਦੇ ਵੱਲੋਂ ਬਹਿਬਲ ਕਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਫੈਸਲਾ ਕੀਤਾ ਗਿਆ। ਇਹ ਵੀ ਪਤਾ ਲੱਗਾ ਕਿ 28 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਇਸ ਮੁਤਲਕ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ ਜਿੱਥੇ ਕਿ ਨਵੇਂ ਮੋਰਚੇ ਦੀ ਰੂਪਰੇਖਾ ਤੈਅ ਕੀਤੀ ਜਾਣੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਹਿਲਾਂ ਵਾਲੇ ਬਰਗਾੜੀ ਮੋਰਚੇ ਦੇ ਨਾਲ ਸੰਬੰਧਿਤ ਆਗੂ ਐਤਕੀ ਵਾਲੇ ਮੋਰਚੇ ਤੋਂ ਦੂਰੀ ਬਣਾ ਕੇ ਚੱਲ ਰਹੇ ਨੇ। ਲੁਧਿਆਣੇ ਦੀ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀਆਂ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ 1.5 ਕਿਲੋਗ੍ਰਾਮ ਹੈਰੋਇਨ, 1.5 ਲੱਖ ਦੇ ਕਰੀਬ ਰੁਪਇਆ ਡਰੱਗ ਮਨੀ ਦੇ ਨਾਲ ਸੰਬੰਧਿਤ ਅਤੇ ਕੁਝ ਕੁ ਹੋਰ ਸਮਾਨ ਸਮੇਤ 3 ਜਣੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ। ਜਾਣਕਾਰੀ ਦੇ ਮੁਤਾਬਕ ਇਹ ਲੋਕ ਸਰਹੱਦੀ ਖੇਤਰ ਤੋਂ ਹੈਰੋਇਨ ਲਿਆ ਕੇ ਵੱਖ ਵੱਖ ਖੇਤਰਾਂ ਦੇ ਵਿੱਚ ਵੇਚਦੇ ਸਨ ਅਤੇ ਖਾਸ ਕਰਕੇ ਲੁਧਿਆਣਾ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਹੈਰੋਇਨ ਨੂੰ ਵੇਚਿਆ ਜਾਂਦਾ ਸੀ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਹੈਰੋਇਨ ਦੀ ਕੀਮਤ 7.5 ਕਰੋੜ ਰੁਪਏ ਦੇ ਕਰੀਬ ਹੈ। ਅੱਜ SPF ਯੂਨਿਟ ਲੁਧਿਆਣਾ ਨੇ ਇੱਕ FIR ਰਜਿਸਟਰ ਕੀਆ 58 ਨੰਬਰ ਇਨ PS ਸਰਾਬਾਨਗਰ, ਜਿਸਮੇ 3 ਵਿਅਕਤੀ ਅਰੈਸਟ ਕੀਏ ਗਏ ਹੈ, ਜਿਨਕੇ ਪਾਸ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀ ਗਈ ਹੈ ਔਰ 1.25 ਲੱਖ ਰੁਪੀਜ਼ ਐਜ ਡਰੱਗ ਮਨੀ ਵਾਸਤੇ ਰਿਕਵਰ ਕੀਏ ਹੈ। ਇੰਪੋਰਟੈਂਟ ਬਾਤ ਇਸਮੇ ਯੇ ਹੈ ਕਿ ਇਸਮੇ ਤਿੰਨੋਂ ਅਕਿਊਜ਼ ਜੋ ਹੈ ਵੋ ਕ੍ਰਿਮੀਨਲ ਹੈ, ਪੁਰਾਣੇ ਕ੍ਰਿਮੀਨਲ ਹੈ। ਜੋ ਦਲਵਿੰਦਰ ਸਿੰਘ ਐਲੀਅਸ ਜੀਤੀ ਹੈ ਵੋ 3 ਮੁਕਦਮੋ ਮੇਂ 1302 ਕੇ, 1 ਅਟੈਂਪਟ ਟੂ ਮਰਡਰ ਕੇਸ ਮੇਂ ਔਰ 1 NDPS ਕੇਸ ਮੇਂ ਪ੍ਰੋਕਲੇਮਡ ਅਫੈਂਡਰ ਹੈ। ਨੰਬਰ 2 ਜੋ ਦਵਿੰਦਰ ਸਿੰਘ ਔਰ ਸੰਦੀਪ ਸਿੰਘ, ਇਹ 2 ਹੈ, ਇਹ ਦੋਨੋ ਕੇ ਦਿਨੇ ਕ੍ਰਿਮੀਨਲ ਜੋ ਹੈ, ਇਹ ਵੀ 302 ਮੇਂ 1 ਬੇਲ ਕੇ ਉੱਪਰ ਹੈ ਔਰ ਦੂਸਰਾ ਕੋਰਟ ਸੇ ਅਬਸੈਂਟ ਹੈ। ਇਨਕਾ ਇਸਕਾ ਓਰੀਜਨ ਪਾਕਿਸਤਾਨੀ ਹੈ ਜੀ, ਲੇਕਿਨ ਇਸ ਹਮਨੇ ਟਰੈਕ ਕਰ ਲਿਆ ਇਸਕਾ ਰੂਟ ਕਿਆ ਹੈ ਇਸਕਾ ਔਰ ਵੀ ਆਰ ਵਰਕਿੰਗ ਓਨ ਇਟ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਰਕਾਰੀ ਅਦਾਰਿਆਂ ਦੇ ਵਿੱਚ ਡਿਊਟੀ ਦੇ ਵਕਤ ਵਟਸਐਪ ਦੀ ਵਰਤੋਂ ਕਰਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਦੇ ਵੱਲੋਂ ਇੱਕ ਚਿੱਠੀ ਪੰਜਾਬ ਦੇ ਸਾਰੇ ਹੀ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਦਫ਼ਤਰ ਦੇ ਨਾਲ ਸੰਬੰਧਿਤ ਕੋਈ ਵੀ ਕੰਮਕਾਜ ਦਫ਼ਤਰ ਦੀ ਈਮੇਲ ਦੇ ਉੱਤੇ ਕੀਤਾ ਜਾ ਸਕਦਾ ਹੈ। ਕਿਸੇ ਨੂੰ ਵੀ ਆਪਣੀ ਨਿੱਜੀ ਈਮੇਲ ਜਾਂ ਵਟਸਐਪ ਦੇ ਉੱਤੇ ਕੋਈ ਵੀ ਦਸਤਾਵੇਜ਼ ਜਾਂ ਕੋਈ ਵੀ ਰਿਕਾਰਡ ਮੰਗਵਾਉਣ ਅਤੇ ਭੇਜਣ ਦੀ ਆਗਿਆ ਨਹੀਂ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਫੈਸਲੇ ਦੇ ਉੱਤੇ ਪੰਜਾਬ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਖਾਸ ਕਰਕੇ ਅਧਿਕਾਰੀਆਂ ਦੇ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਜਲੰਧਰ ਦੀ ਪੁਲਿਸ ਦੇ ਵੱਲੋਂ ਆਪਣੇ ਹੀ ਇੱਕ ਕਾਂਸਟੇਬਲ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜੋ ਕਿ ਪਿਛਲੇ ਕੁਝ ਕੁ ਸਮੇਂ ਤੋਂ ਟਰੈਵਲ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ। ਇਸ ਕਾਂਸਟੇਬਲ ਦੇ ਸੰਬੰਧਿਤ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਪੁਲਿਸ ਅਧਿਕਾਰੀਆਂ ਨੂੰ ਮਿਲੀਆਂ ਸਨ ਕਿ ਉਹਦੇ ਵੱਲੋਂ ਕਿਸ ਤਰੀਕੇ ਦੇ ਨਾਲ ਠੱਗੀ ਠੋਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਕਾਂਸਟੇਬਲ ਦੇ ਕੋਲੋਂ 16 ਪਾਸਪੋਰਟ ਅਤੇ 10,000 ਰੁਪਏ ਸਮੇਤ ਕਈ ਕੁਝ ਹੋਰ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਕਾਂਸਟੇਬਲ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਪੁੱਛਗਿੱਛ ਸਖਤੀ ਨਾਲ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਜਿਹੜੀ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਆਪਾਂ ਸਟਾਰਟ ਕੀਤੀ ਆ, ਐਜ਼ ਏ ਰਿਜ਼ਲਟ ਆਫ ਦੈਟ ਕੰਪੇਨ ਜਿਹੜਾ ਸਿਟੀ 1 ਜੋਨ ਦੇ ਇੰਚਾਰਜ ਮੈਡਮ ਸੁਡਰ ਵਿਜੀ ਜੀ
ACP नॉर्थ इन्हां ने एक इन्हां नूं कोई इनपुट आई सी कि विक्रमपाल नाम का एक व्यक्ति है जिहड़ा कि ट्रैवल एजेंटी का काम करता तो काफ़ी लोगों तो जिहड़े पैसे जिहड़े लैके तो उन्होंने पासपोर्ट रखे हुए हैं इन्होंने इमीजिएटली इंटरसैप्ट किया इंटरसैप्ट करके तो जो चैक किया उसकी गड्डी दे विच्चों जिहड़े 16 पासपोर्ट जिहड़े आपां नूं जिहड़े रिकवर होए सो जदों इहनूं पुछिया तो इहदा पता लगा भी इहदा नाम विक्रमपाल सिंह है ये भोगपुर का रहने वाला नंगल खुरद पिंड है तो अपने पंजाब पुलिस के मुलाजम है 2017 के स्पोर्ट्स कोटे के भर्ती होया इस तरह करके ये भर्ती होने तो पहला भी थोड़ा इस ट्रैवल एजेंटी वाल झुका रखता सीगा तो इस तरह करके जिहड़ा 16 लोगों के नाल जिहड़ा इन्होंने ठगी मारी है बाकी यह होंदा सीगा इनू इस तक तस्दीक करना इतको बाकी है भी इनू रैफरल कैंडीडेट्स आते आप कंटैक्ट करता सीगा जी कुछ तो नोन सीगा उन्होंने आप कंटैक्ट कर लैंदा सीगा बाकी यह भी इहदा अमाउंट इन पूरी मैं चो मंग लैनी नगोशिएशन दे विच उन्होंने कुछ घटा देने जिदा 8 लाख मंगया उन्होंने 3 देता कल तरह 3 च ही काम करा दाँगा पासपोर्ट लैने लारे लप्पे लाई जाने सो इस करके जिहड़ा इनू असीं अरैसट करके तो ये खिलाफ़ FIR दर्ज की है हुण असीं जिहड़ा ये जिहड़ा 16 बंदियां चों जिहड़ा एक बंदा एग्जामिन कर लिया उहदे कोल 4.5 लाख रुपया लिया सीगा बाकी टोटल ये दसन मुताबिक करीब 14.5 लाख रुपया इन्हों को किस को लख किस को 2 लाख करके मैं इन्हों को इन्ने पैसे ले आ सो असी उन्होंने भी जिहड़ा एग्जामिन करके तो ये खिलाफ़ जी FIR दर्ज हो गई है फिर आप चार्जशीट फाइल करांगे प्लस ये खिलाफ़ जिहड़ा होर जिहड़ा कोई नैक्सस जिहड़ा ब्रेक करने की कोशिश करांगे भी इन्हों केड़ा रैफर कर रहा सीगा बंदा ये पंजाब दे विच आम आदमी पार्टी के प्रधान ते संगरूर तो लोग सभा के मैंबर ते हुण भी उम्मीदवार भगवंत मान दे वल्लों अज कैप्टन अमरिंदर सिंह ते बादल परिवार के समुचे खानदान के उत्ते कई सवाल खड़े किए गए हैं उन्होंने कहा कि पिछले दिनी जो जलियांवाले बाग की शताब्दी नूं मनाया गया उस मौके के उत्ते हरसिमरत कौर बादल ते कैप्टन अमरिंदर सिंह ने एक दूजे के खिलाफ़ जिवें ट्वीटो ट्वीटी हो के नवे खुलासे किए उस तो बाद पता लगता है कि दोवां ही परिवारों के दादे परदादे ਸਾਡੇ ਪੰਜਾਬ ਦੇ ਗੱਦਾਰ ਸਨ ਉਹਨਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਜਾਗਰਤੀ ਆ ਚੁੱਕੀ ਹੈ ਅਤੇ ਐਤਕੀ ਉਹ ਕਾਂਗਰਸੀ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੇ ਪੁਚਲਾਵੇ ਵਿੱਚ ਨਹੀਂ ਆਉਣਗੇ ਭਾਰਤ ਦੇ ਵਿੱਚ ਅੱਜ 95 ਸੀਟਾਂ ਦੇ ਉੱਤੇ ਦੂਜੇ ਗੇੜ ਦੀਆਂ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਮੁੱਢਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਚੋਣਾਂ ਦੇ ਲਈ ਵੋਟਰਾਂ ਦੇ ਵਿੱਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਸੀ ਪੱਛਮੀ ਬੰਗਾਲ ਦੇ ਵਿੱਚ ਅੱਜ ਦੁਪਹਿਰ ਤੱਕ ਰਿਕਾਰਡ ਤੋੜ ਵੋਟਿੰਗ ਹੋਈ ਹੈ ਜਾਣਕਾਰੀ ਦੇ ਮੁਤਾਬਕ ਦੁਪਹਿਰ 3 ਤੋਂ ਲੈ ਕੇ 3:30 ਵਜੇ ਤੱਕ ਪੱਛਮੀ ਬੰਗਾਲ ਖੇਤਰ ਦੇ ਵਿੱਚ ਜਿੱਥੇ ਜਿੱਥੇ ਵੋਟਾਂ ਪਈਆਂ ਨੇ ਉੱਥੇ 70% ਤੋਂ ਵੱਧ ਵੋਟਿੰਗ ਹੋਈ ਇੱਥੇ ਵੀ ਦੱਸਣਾ ਬਣਦਾ ਹੈ ਕਿ ਅੱਜ ਦੂਜੇ ਪੜਾਅ ਦੀਆਂ ਇਹਨਾਂ ਵੋਟਾਂ ਦੇ ਵਿੱਚ ਕਈ ਵੱਡੇ ਵੱਡੇ ਚਿਹਰਿਆਂ ਦਾ ਵਕਾਰ ਦਾਅ ਦੇ ਉੱਤੇ ਲੱਗਿਆ ਹੇਮਾ ਮਾਲਣੀ ਰਾਜ ਬੱਬਰ ਡੀ ਰਾਜਾ ਸਮੇਤ ਕਨੀ ਮੋਜੀ ਅਤੇ ਕਈ ਹੋਰ ਇਹੋ ਜਿਹੇ ਨੇਤਾ ਨੇ ਜਿਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੂੰਆਂਧਾਰ ਪ੍ਰਚਾਰ ਕੀਤਾ ਹੋਇਆ ਸੀ 1600 ਅਤੇ 42 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਚੁੱਕੀ ਹੈ ਟ੍ਰਾਂਸਫਰਮੇਸ਼ਨ ਜੋ ਦੇਖ ਰਹੇ ਆਪਕੋ ਜੋ ਮਥੁਰਾ ਅੱਛਾ ਦਿਖ ਰਿਹਾ ਹੈ ਬਹੁਤ ਸਾਰੇ ਜਗ੍ਹਾ ਮੈਂ ਕਈ ਜਗ੍ਹਾ ਨਹੀਂ ਹੋਗਾ ਅਭੀ ਉਸਕੋ ਸਭ ਕਰਨਾ ਹੈ ਜੋ ਦਿਖ ਰਿਹਾ ਅੱਛਾ ਉਹ ਸਭ ਇਟਸ ਆਲ ਬਿਕਾਜ਼ ਆਫ ਮਾਈ ਐਫਰਟ ਮੈਮ ਇਸ ਵਾਰ UP ਆਸਾਨ ਨਹੀਂ ਹੈ ਕਿਉਂਕਿ ਇਸ ਵਾਰ ਮਹਾਗਠਬੰਧਨ ਹੈ ਸਫਾ ਬਸਪਾ ਏਕ ਹੋ ਗਏ ਹੈ ਆਪਕੇ ਮਥੁਰਾ ਸੇ ਵੀ RLD ਕਾ ਕੈਂਡੀਡੇਟ ਹੈ ਦੇਖੀਏ ਸਫਾ ਬਸਪਾ ਜੋ ਹੈ ਇੱਕ ਦੂਸਰੇ ਕੇ ਸਾਥ ਲੜਾਈ ਕਰਤੇ ਥੇ ਨਾਓ ਸਭ ਮਿਲ ਕੇ ਕਰ ਰਹੇ ਹੈ ਕਿਉਂਕਿ ਮੋਦੀ ਜੀ ਇਤਨਾ ਉਨਕਾ ਹੈਸੀਅਤ ਬੜਾ ਹੈ इतना काम इतना अच्छा किया है हैसियत बड़ा होने के रहने दीजिए काम इतना किया है उससे लोग इतने प्रभावित हैं तो इससे थोड़ा घबरा के सब लोग एक दूसरे के साथ मिल गए हैं दुश्मन होने के बावजूद सब एक साथ मिलकर मोदी जी को हटाने की कोशिश में मोदी जी की कितनी हवा है हाँ मोदी जी का बहुत हवा है आपको आप वैसे स्माइल के साथ पूछ रहे हैं जैसे कुछ हवा ही नहीं है हवा बाकी लोगों का नहीं है इनका बहुत हवा है आज 18 तारीख की दूसरे चरण की उसके अंदर मैं भी प्रत्याशी हूँ वो तय करेगी जनता तय करेगी और मुझे भरोसा इसलिए अपने ऊपर कि लोगों ने मुझे प्यार से बुलाया है मेरा घर है 3-3 बार मुझे बनाया है इन्होंने पिछली बार भी मैं चुनाव लोग नहीं मानते कि मैं चुनाव हारा बीजेपी की सरकार को हटाने के बाद में तमाम वो पार्टियां जो बीजेपी को हरानी चाहती हैं जो जिसमें कांग्रेस पार्टी एक अग्रिम पार्टी है सब मिलकर जो है दिल्ली में सरकार बनाएंगे और एक मजबूत सरकार बनाएंगे जिस सरकार के अंदर उतना धोखा होगा जिस सरकार के अंदर न बेईमानी होगी जिस सरकार के अंदर कोई ये नहीं कहेगा
कि चोर भी जो है उसकी भी कोई बिरादरी हो। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦਰਦ ਅੱਜ ਛਲਕ ਪਿਆ। ਉਹਨਾਂ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਕਾਲੀਆਂ ਝੰਡੀਆਂ ਦਿਖਾਉਣ ਦੇ ਮੁੱਦੇ ਉੱਤੇ ਕਿਹਾ ਕਿ ਵੋਟ ਪਾਉਣੀ ਜਾਂ ਨਾ ਪਾਉਣੀ ਤੁਹਾਡੀ ਆਪਣੀ ਮਰਜ਼ੀ ਹੈ, ਪਰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਅਤੇ ਕਾਂਗਰਸ ਡਰਾਮੇ ਕਰਨ ਦੇ ਵਿੱਚ ਸ਼ੁਰੂ ਤੋਂ ਹੀ ਅੱਵਲ ਰਹਿੰਦੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਸ ਤਰੀਕੇ ਦੇ ਨਾਲ 1984 ਦੇ ਵਿੱਚ ਸਿੱਖਾਂ ਦਾ ਕਾਂਡ ਕੀਤਾ, ਜਿਸ ਤਰੀਕੇ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ, ਅੱਜ ਉਹੀ ਕਾਂਗਰਸ ਲੋਕਾਂ ਨੂੰ ਫਿਰ ਵੰਡਣ ਦਾ ਕੰਮ ਕਰ ਰਹੀ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਜੀ ਐੱਲ ਨਰਸਿਮਾ ਰਾਓ ਅੱਜ ਜਦੋਂ ਨਵੀਂ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦੇ ਵੱਲ ਜੁੱਤਾ ਸੁੱਟਿਆ ਗਿਆ। ਹਾਲਾਂਕਿ ਜੀ ਐੱਲ ਨਰਸਿਮਾ ਰਾਓ ਨੇ ਇਹ ਗੱਲ ਕਹੀ ਕਿ ਇਹ ਜੁੱਤਾ ਮੇਰੇ ਵੱਲ ਡਿੱਗਿਆ ਜ਼ਰੂਰ, ਪਰ ਮੇਰੇ ਵੱਜਿਆ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਹੁਣ ਪੁਲਿਸ ਦੇ ਵੱਲੋਂ ਅਤੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੁੱਤਾ ਸੁੱਟਣ ਵਾਲਾ ਇਹ ਵਿਅਕਤੀ ਕੌਣ ਹੈ ਅਤੇ ਇਸ ਦਾ ਮਨਸ਼ਾ ਕੀ ਸੀ। ਇੱਥੇ ਵੀ ਦੱਸਣਾ ਬਣਦਾ ਕਿ ਜਦੋਂ ਤੇਜਸਵੀ ਯਾਦਵ ਅਤੇ ਬਾਕੀ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੇ ਉੱਤੇ ਨਰਸਿਮਾ ਰਾਓ ਦੇ ਵੱਲੋਂ ਵਿਅੰਗ ਕੀਤੇ ਜਾ ਰਹੇ ਸਨ, ਉਸ ਵਕਤ ਉਹਨਾਂ ਦੇ ਵੱਲ ਇਹ ਜੁੱਤਾ ਸੁੱਟਿਆ ਗਿਆ। ਬਲੋਚਿਸਤਾਨ ਦੇ ਵਿੱਚ 15 ਤੋਂ ਲੈ ਕੇ 20 ਦੇ ਕਰੀਬ ਹਮਲਾਵਰਾਂ ਦੇ ਵੱਲੋਂ ਇੱਕ ਬੱਸ ਦੇ ਵਿੱਚੋਂ ਸਵਾਰੀਆਂ ਉਤਾਰ ਕੇ 14 ਦੇ ਕਰੀਬ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਜਦਕਿ 2 ਜਣੇ ਆਪਣੀ ਜ਼ਿੰਦਗੀ ਬਚਾਉਣ ਦੇ ਵਿੱਚ ਸਫਲ ਹੋਏ ਨੇ। ਇਹਨਾਂ 2 ਜਣਿਆਂ ਦੀ ਜ਼ਿੰਦਗੀ ਇਸ ਕਰਕੇ ਬਚੀ ਕਿਉਂਕਿ ਇਹ ਭੱਜਣ ਦੇ ਵਿੱਚ ਸਫਲ ਹੋ ਗਏ। ਇਹਨਾਂ ਦੋਹਾਂ ਨੂੰ ਹੁਣ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਕ ਪੁਲਿਸ ਹਾਲੇ ਤੱਕ ਇਸ ਗੱਲ ਦੀ ਪੈੜ ਨਹੀਂ ਦੱਬ ਸਕੀ ਕਿ ਹਮਲਾਵਰ ਕੌਣ ਸਨ ਅਤੇ ਉਹਨਾਂ ਦੇ ਵੱਲੋਂ ਇਹ ਕਤਲ ਕਿਉਂ ਕੀਤੇ ਗਏ ਨੇ। ਇਹ ਵੀ ਪਤਾ ਲੱਗਾ ਕਿ ਇਹ ਬੱਸ ਕਰਾਚੀ ਤੋਂ ਗਦਾਵਰੀ ਖੇਤਰ ਦੇ ਵੱਲ ਜਾ ਰਹੀ ਸੀ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਹੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਅਜੀਤ ਵੈੱਬ ਟੀਵੀ। ਬਹੁਤ ਬਹੁਤ ਮਿਹਰਬਾਨੀ।